আসসালামু আলাইকুম दोस्तों उम्मीद है सारे परा ठीक होगे आज गल करनी है गल ਕਰਨ ਤੋਂ ਪਹਿਲੇ ਰਿਕਵੈਸਟ ਹੈ ਵੀ ਕਿ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਲਾਈਕ ਕਰਿਆ ਕਰੋ ਉਹਦੇ ਤੇ ਕਿਹੜਾ ਮੁੱਲ ਲੱਗਦਾ ਗੱਲ ਕਰ ਰਹੇ ਆਂ ਅੱਜ ਮੁਕਈ ਦੇ ਬਾਰੇ ਚ ਮੁਕਈ ਦਾ ਮੌਸਮ ਹੈ ਔਰ ਮੌਨ ਤੋਂ ਲਗਣੀ ਸ਼ੁਰੂ ਹੋਣੀ ਹੈ तकरीबन 25 ਜਨਵਰੀ ਤੋਂ ਬਾਅਦ ਸਾਡੇ ਇਲਾਕੇ ਮੈਂ ਜ਼ਿਲ੍ਹਾ ਹਫਜ਼ਾਬਾਦ ਦੇ ਚਾ ਇਸ ਟਾਈਮ ਔਰ ਇਹ ਜਿਹੜੇ ਖੇਤ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਨਾ ਇਹ ਰਾਇਆ ਹੈ ਔਰ ਇਹਨਾਂ ਖੇਤਾਂ ਦੇ ਵਿੱਚ ਮੁਕਈ ਹੋਈ ਸੀ ਪਿਛਲੇ ਸਾਲ ਸਾਡੀ 125 ਵਾਚੀ ਮਾਣ ਬਗੈਰ ਕਿਸੇ ਜ਼ਿਆਦਾ ਮਿਹਨਤ ਤੋਂ ਕਿਸੇ ਵੀ ਐਕਸਟਰਾ ਐਫਰਟ ਤੋਂ ਬਗੈਰ ਇਹ ਨਹੀਂ ਹੋਈ ਸੀ ਤੇ ਇਸ ਦਫਾ ਉਮੀਦ ਹੈ ਇਨਸ਼ਾਅੱਲਾ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਇੱਕ ਭਾਈ ਨੇ ਉਹਨਾਂ ਦੀ 160 ਮਾਣ ਤੱਕ ਗਈ ਹੈ پیداوار ਉਹਦਾ ਤਰੀਕਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਔਰ ਕੋਈ ਮੁਸ਼ਕਲ ਨਹੀਂ ਇੱਕ ਤੇ ਪਹਿਲੀ ਜਿਹੜੀ ਇਹ ਲੇਜ਼ਰ ਹੋਣੀ ਚਾਹੀਦੀ ਹੈ ਜਨਾਬ ਲੇਜ਼ਰ ਕਰਵਾਉਣ ਨਾਲ ਅੱਧਾ ਖਰਚਾ ਕਮ ਹੋ ਜਾਂਦਾ ਜੇ ਪਾਣੀ ਦਾ ਸਾਰਿਆਂ ਭਰਾਵਾਂ ਨੂੰ ਪਤਾ ਹੋਣਾ ਹੈ ਲੇਕਿਨ ਮੈਂ ਫਿਰ ਵੀ ਤੁਹਾਨੂੰ ਯਾਦ ਕਰਵਾ ਦਿਆਂ ਕਿ ਲੇਜ਼ਰ ਜਿਹੜੀ ਜ਼ਮੀਨ ਹੈ ਉਹਦੇ ਨਾਲ ਖਰਚਾ ਪਾਣੀ ਦਾ ਅੱਧਾ ਹੋ ਜਾਂਦਾ ਜੇ ਇੱਕ ਚੀਜ਼ ਲੇਜ਼ਰ ਕਰਵਾਓ ਪਹਿਲੀ ਅੱਛੀ ਬਰੀਕ ਹੋਣੀ ਚਾਹੀਦੀ ਹੈ ਇਸ ਦਾਰੇ ਉਹ ਤੇ ਬੁਨਿਆਦੀ ਚੀਜ਼ ਹੈ ਸਾਰਿਆਂ ਨੂੰ ਪਤਾ ਹੈ ਉਸ ਬਾਅਦ 14 ਨਤੀ 20 ਸੀ ਔਰ ਉਹਦੇ ਵਿੱਚ ਤੁਸੀਂ ਪਾਣੀ ਹੈ ਉਹ ਬੋਰੀ ਡੀਏਪੀ ਪਾਣੀ ਹੈ ਦੋ ਬੋਰੀ ਡੀਏਪੀ ਪਾ ਕੇ ਉਸ ਤੋਂ ਇੱਕ ਪੋਟਾਸ਼ ਪਾਣੀ ਹੈ ਇਹਦਾ ਛਟਾ ਦੇ ਕੇ ਛਟਾ ਦੇਣ ਤੋਂ ਬਾਅਦ ਜਨਾਬ ਤੁਸੀਂ ਉਹਦੇ ਵਿੱਚ ਮਾਰਨਾ ਰੂਟਾਵੇਟਰ ਰੂਟਾਵੇਟਰ ਮਾਰੋਗੇ ਹਰ ਚੀਜ਼ ਮਿਕਸ ਹੋ ਜਾਏਗੀ ਜ਼ਮੀਨ ਬਰੀਕ ਹੋ ਜਾਏਗੀ ਔਰ ਖਾਦ ਮਿਕਸ ਹੋ ਜਾਏਗੀ ਤੇ ਉਹਦੇ ਤੋਂ ਬਾਅਦ ਤੁਸੀਂ ਉਹਦੇ ਵਿੱਚ ਖੇਲਾਂ ਕੱਢ ਦੇਣੀਆਂ ਨੇ ਏ ਜਨਾਬ ਖਾਦ ਪਾ ਕੇ ਤੁਸੀਂ ਉਹ ਰੂਟਾਵੇਟਰ ਮਾਰ ਕੇ ਖੇਲਾਂ ਕਢਣੀਆਂ ਨੇ ਅੱਛੀ ਤਰ੍ਹਾਂ ਖਾਦ ਜ਼ਮੀਨ ਦੇ ਵਿੱਚ ਮਿਕਸ ਹੋ ਕੇ ਤੇ ਉਹ ਆ ਜਾਏਗੀ ਖੇਲਾਂ ਦੇ ਵਿੱਚ ਉਸ ਬਾਅਦ ਤੁਸੀਂ ਮਕਈ ਲਾ ਦੇਣੀ ਹੈ ਮਕਈ ਲਾਨ ਤੋਂ ਉਗਣ ਦੇ ਦੌਰਾਨ ਤੁਸੀਂ ਤਕਰੀਬਨ ਉਦੋਂ ਉਗਣ ਤੋਂ ਬਾਅਦ ਉਹਨੂੰ 15 ਦਿਨ ਦੇ ਅੰਦਰ ਸਪਰੇਅ ਕਰਨੀ ਹੈ ਔਰ 1 ਮਹੀਨੇ ਦੇ ਅੰਦਰ ਅੰਦਰ ਤੁਸੀਂ ਉਹਨੂੰ ਤਕਰੀਬਨ 4 ਬੋਰੀ ਜਿਹੜੀ ਹੈ ਇਹ ਇੱਕ ਜਾਂ ਡੇਢ ਮਹੀਨੇ ਦੇ ਅੰਦਰ ਚਾਰ ਬੋਰੀ ਯੂਰੀਆ ਉਹਨੂੰ ਪਾ ਦੇਣੀ ਹੈ ਇਹਦੇ ਨਾਲ ਏਕੜ ਪੈਦਾਵਾਰ ਜਿਹੜੀ ਹੈ ਉਹ 160 ਮਨ ਤੱਕ ਜਾਂਦੀ ਹੈ ਔਰ ਸਾਡੇ ਇੱਥੇ ਪਾਈ ਨੇ ਉਹਨਾਂ ਨੇ ਇਕਾਸ਼ ਕੀਤੀ ਸੀ ਔਰ ਉਹਨਾਂ ਦੀ ਇੰਨੀ ਹੋਈ ਹੈ ਇਹ ਮੈਂ ਗੱਲ ਨਾ ਸੋਚਿਆ ਤੁਹਾਨੂੰ ਨਾਲ ਸ਼ੇਅਰ ਕਰਾਂ ਤੇ ਬਾਕੀ ਰਾਇਆ ਇਹ ਮੈਂ ਤੁਹਾਨੂੰ ਦੱਸਿਆ ਸੀ ਉਸ ਦਿਨ ਕਿ ਇਹ ਜਿਹੜਾ ਨਾ ਇਹ ਦੇ ਤੋਂ ਬਾਅਦ ਮੁਕਈ ਲਗਣੀ ਹੈ ਔਰ ਇਹ ਇੱਕ ਫ੍ਰੀ ਫੰਡ ਦੀ ਫਸਲ ਸਮਝ ਲਓ ਬਿਨਾਂ ਖਰਚੇ ਤੋਂ ਔਰ ਬਹੁਤ ਅੱਛੇ ਪੈਸੇ ਇਨਸ਼ਾਅੱਲਾ ਦੇਗੀ ਤੇ ਬਾਕੀ ਵੀਡੀਓ ਨੂੰ ਲਾਈਕ ਕਰਿਆ ਜੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੁਕਰੀਆ